ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਹੋਪ ਕਰਦੇ ਤੁਸੀਂ ਸਾਰੇ ਘੈਂਟ ਹੋਵੋਗੇ। ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਜੈ ਸਰਸ਼। ਅਤੇ ਗਾਈਜ਼, ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਲੋਹੜੀ, ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਰਾਈਟ ਨਾਓ ਗਾਈਜ਼, ਟਾਈਮ ਹੋ ਗਿਆ 7 ਵੱਜ ਗਏ ਆ, ਅਤੇ ਮੈਂ ਰੈਡੀ ਹਾਂ, ਅਤੇ ਅਰਸ਼ ਹਜੇ ਸੁੱਤੀ ਪਈ ਹੈ, ਇਹਨੂੰ ਬਾਅਦ 'ਚੋਂ ਉਠਾਵਾਂਗੇ। ਪਹਿਲਾਂ ਟਾਈਮ ਵੇਸਟ ਕੀਤੇ ਗਾਈਜ਼, ਅੱਜ ਦਾ ਲੋਹੜੀ ਵਲੋਗ ਸਟਾਰਟ ਕਰਦੇ ਹਾਂ, ਅਤੇ ਅੱਜ ਦੀ ਪਾਰਟੀ ਵੀ ਬਹੁਤ ਘੈਂਟ ਹੋਣ ਵਾਲੀ ਆ, ਅਤੇ ਤੁਸੀਂ ਵਲੋਗ ਨੂੰ ਸਕਿੱਪ ਨਾ ਕਰਿਓ ਅਤੇ ਵਲੋਗ 'ਚ ਬਣੇ ਰਹੋ। ਸੋ ਗਾਈਜ਼, ਉੱਪਰ ਤਾਂ ਆ ਗਏ ਹਾਂ, ਪਰ ਉੱਪਰ ਤਾਂ ਬਹੁਤ ਜ਼ਿਆਦਾ ਗਾਈਜ਼ ਧੁੰਦ ਆ, ਅਤੇ ਬਹੁਤ ਜ਼ਿਆਦਾ ਠੰਡ ਆ, ਅਤੇ ਹੁਣ ਪਤਾ ਨਹੀਂ ਕੀ ਬਣੂਗਾ ਲੋਹੜੀ ਦਾ, ਬਾਕੀ ਦੇਖਦੇ ਹਾਂ ਅੱਗੇ। ਗੁੱਡ ਮਾਰਨਿੰਗ, ਹੈਪੀ ਲੋਹੜੀ, ਚਾਏ ਚਾਏ ਬਹੁਤ ਆ, ਚਾਹ ਪੀ ਲਓ। ਸੋ ਗਾਈਜ਼, ਪਿੰਨੀ ਨਾਲ ਚਾਹ, ਵਾਹ, ਥੈਂਕ ਯੂ। ਤੁਸੀਂ ਪੀਣੀ ਚਾਹ? ਚਾਚੀ ਮਾਂ ਪੁੱਛ ਰਹੇ। ਨਹੀਂ ਪੀਣੀ, ਤੁਹਾਡੀ ਤੇ ਆ ਗਈ ਹੈ। ਉੱਤੇ ਧੁੰਦ ਤੇ ਦੇ ਕਿੰਨੀ ਆ, ਸਾਰਾ ਦਿਨ ਜੇ ਨਾ ਧੁੰਦ ਹਟੀ, ਫਿਰ ਦੋ ਸਾਥੀ ਗਏ ਆਪਣੇ ਕੋਲ, ਪਿੰਨੀ ਤੇ ਚਾਹ, ਚਾਹ ਹੀ ਪੀਵਾਂਗੇ ਸਾਰੇ ਦਿਨ। ਸੋ ਗਾਈਜ਼, ਆਪਾਂ ਚਾਹ ਚੂ ਪੀ ਕੇ ਥੱਲੇ ਆ ਗਏ ਹਾਂ, ਅਤੇ ਤੁਸੀਂ ਦੇਖਿਆ ਬਾਹਰ ਬਹੁਤ ਜ਼ਿਆਦਾ ਠੰਡ ਆ ਅਤੇ ਬਹੁਤ ਜ਼ਿਆਦਾ ਧੁੰਦ ਆ। ਹੁਣ ਰੈਡੀ ਹੋਣ ਲੱਗੇ ਹਾਂ, ਅਰਸ਼ ਰੈਡੀ ਹੁੰਦੀ ਪਈ ਆ, ਮੈਂ ਵੀ ਰੈਡੀ ਹੋਣ ਲੱਗਾ, ਕਿਉਂਕਿ ਲਾਸਟ ਵਲੌਗ 'ਚ ਤੁਸੀਂ ਦੇਖਿਆ ਸੀ ਕਿ ਸਾਡੇ ਮਾਮਾ ਜੀ ਬਾਹਰੋਂ ਆਏ ਆ, ਅਤੇ ਅੱਜ ਦੀ ਜਿਹੜੀ ਲੋਹੜੀ ਪਾਰਟੀ ਆ ਉਹ ਸਾਡੇ ਮਾਮਾ ਜੀ ਵੱਲ ਆ, ਅਤੇ ਹਾਂਜੀ ਉਹ ਲੋਹੜੀ ਵਾਸਤੇ ਗਾਈਜ਼ ਆਏ ਆ, ਅਤੇ ਆਪਾਂ ਰੈਡੀ ਹੋ ਕੇ ਬਸ ਹੁਣ ਉੱਧਰ ਜਾਣਾ ਆ, ਅਤੇ ਮਿਲਦੇ ਹਾਂ ਤੁਹਾਨੂੰ ਆਪਣੀ ਘੈਂਟ ਜੀ ਲੁੱਕ ਦੇ ਨਾਲ। ਸੋ ਗਾਈਜ਼, ਆਪਾਂ ਹੋ ਕੇ ਫਾਈਨਲੀ ਰੈਡੀ, ਅਤੇ ਤੁਸੀਂ ਸਾਡੀ ਆਊਟਫਿਟਸ ਦੇਖ ਸਕਦੇ ਹੋ, ਅਤੇ ਅੱਜ ਫਿਰ ਅਰਸ਼ ਨੇ ਮੈਨੂੰ ਲੈਂਜ਼ ਲਗਾ ਦਿੱਤੇ, ਅਤੇ ਠੰਡ ਬੜੀ ਗਾਈਜ਼, ਬਾਹਰ ਧੁੰਦ ਪਈ, ਤੁਸੀਂ ਦੇਖਿਆ ਹੀ ਆ, ਤੇ ਬਾਕੀ ਹੁਣ ਆਪਾਂ ਚੱਲਦੇ ਆ ਗਾਈਜ਼, 1:15 ਹੋ ਗਿਆ, ਤੇ ਮੰਮਾ ਪਾਪਾ ਉੱਥੇ ਚਲੇ ਗਏ, ਤੇ ਬਸ ਆਪਾਂ ਜਾਣਾ, ਅੱਧੇ ਬੰਦੇ ਪਹੁੰਚ ਗਏ, ਅੱਧੇ ਬੰਦੇ ਆਪਾਂ ਜਾ ਰਹੇ ਹਾਂ। ਤੇ ਬਾਕੀ ਗਾਈਜ਼, ਆਪਣੀ ਫੁੱਲ ਲੁੱਕ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ, ਕਮੈਂਟ ਕਰਕੇ ਦੱਸਿਓ ਅਸੀਂ ਦੋਵੇਂ ਕਿੱਦਾਂ ਦੇ ਲੱਗ ਰਹੇ ਹਾਂ, ਤੇ ਬਾਕੀ ਚਲੋ ਸੈਲੀਬ੍ਰੇਟ ਕਰਦੇ ਹਾਂ। ਹਾਂਜੀ ਚਲੋ, ਬਸ ਮੈਂ ਗੁੱਡੀਆਂ ਕਰ ਗਿਆ, ਮੈਨੂੰ ਕਾਹਲੀ ਪਈ ਗਾਈਜ਼, ਚਲੋ ਬਾਕੀ ਮਿਲਦੇ ਆਪਾਂ। ਅੱਜ ਮੇਰਾ ਗਾਈਜ਼ ਦਿਲ ਕਰ ਰਿਹਾ ਬਾਰ ਬਾਰ ਕੈਮਰਾ ਆਨ ਕਰਕੇ, ਮਤਲਬ ਦੇਖਾਂ ਆਪਣੇ ਆਪ ਨੂੰ, ਸੋਹਣਾ ਲੱਗ ਰਿਹਾ। ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸਾਰੇ ਜਣੇ ਕਿੱਦਾਂ ਲੱਗ ਰਹੀ ਹੈ ਸਾਡੇ ਦੋਵਾਂ ਦੀ ਲੁੱਕ, ਤੇ ਬਾਕੀ ਗਾਈਜ਼ ਹੁਣ ਆਪਾਂ, ਨਹੀਂ ਫਿਰ ਤੈਨੂੰ ਨਾਲ ਹੀ ਲੈ ਕੇ ਚੱਲਣਾ ਪੈਣਾ। ਤੇ ਬਾਕੀ ਗਾਈਜ਼ ਹੁਣ ਆਪਾਂ ਘਰੋਂ ਨਿਕਲ ਚੁੱਕੇ ਹਾਂ, ਬਸ ਮੰਮਾ ਵੀਰ ਜੀ ਨੂੰ ਆਪਾਂ ਪਿੱਕ ਕਰ ਲਿਆ ਆ, ਉਹ ਥੋੜ੍ਹਾ ਜਿਹਾ ਸਮਾਨ ਲੈ ਰਹੇ ਆ, ਫਿਰ ਆਪਾਂ ਹੁਣ ਸਿੱਧਾ ਤੁਹਾਨੂੰ ਮਾਮਾ ਜੀ ਵੱਲ ਜਾ ਕੇ ਮਿਲਦੇ ਹਾਂ, ਮਿਲੋ ਸਾਡੀ ਬੱਚਾ ਪਾਰਟੀ ਨੂੰ, ਦੋਨੇ ਸਮਾਰਟ ਨੇ। ਹਾਂਜੀ ਅੱਧੇ ਪਹੁੰਚ ਗਏ, ਅੱਧੇ ਅੱਧੇ ਰਸਤੇ 'ਚ ਨੇ, ਅੱਧੇ ਪਹੁੰਚ ਗਏ। ਕੋਈ ਨਹੀਂ।
ਲੇਡੀਜ਼ ਖਾਣ ਪੀਣ ਚੱਲ ਰਿਹਾ ਗਾਇਜ਼ ਭਾਰੀ ਮਾਤਰਾ ਚ ਮੇਰੀ ਪਲੇਟ ਵੱਲ ਨਹੀਂ ਦੇਖਣਾ ਓਕੇ ਗਰਲਸ ਲੇਡੀਜ਼ ਆ ਮਾਂ ਪੁੱਤ ਖਾਣ ਦੇ ਮਾਂ ਪੁੱਤ ਖਾ ਰਹੇ मम्मा ने बहुत मेहनत करके खाना बनाया साग चीचू सब पास खान पीन चल रहा है बस 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 तुम तो भाग मेरे वाल आ रही है तुसी ज्यादा साडे ते भी रखया गया जी अच्छा मजा आ रहा है यार नाइस तो कल धुंध ने बहुत काम खराब कर पर हुन धूप निकल आई ओके आ गया इतने काफी छोटा था निकलने सीधा हां रिफ्रेशमेंट आई ना हां चलो भूख भी लगदी यार बंदे नु अभी खा लेते हैं जल्द से जल्द अब फोटो शूट करवा दे फिर मैं कपड़े चेंज कर दूंगा ठीक है गुड्डी लुट्टी है ਬੜੇ ਸਾਲਾਂ ਬਾਅਦ ਗੁੱਡੀ ਲੁੱਟੀ ਅੱਜ ਗੁੱਡੀ ਸਿੱਖ ਰਹਾ ਤੇ ਪਾਪਾ ਦੀ ਗੁੱਡੀ ਡਾਈਦੀ ਸੀ ਆਪਣੇ ਵੇਲੇ ਪਰ ਹੁਣ ਛੱਡ ਦਿੱਤੀ ਹੁਣ ਬੱਚੇ ਡਾਂਦੇ ਆ ਬਸ ਠੀਕ ਹੈ ਜਸ ਫੇਰ ਤੁਸੀਂ ਆ ਰਹੇ ਹੋ ਤੁਹਾਡਾ ਖਤਮ ਹੀ ਨਹੀਂ ਹੋ ਰਿਹਾ ਖਾਣ ਪੀਣ ਮੈਂ ਸਲੋ ਖਾ ਰਹਾ ਆ ਜਾ ਉਹ ਆ ਜਾ ਕੁਛ ਨਹੀਂ ਹੁੰਦਾ ਆ ਜਾ ਅਰਸ਼ महफल उत्ते लग गई पूरी हेलो हां जी सत श्री अकाल जी क्या हाल है पुत्र जी ठीक ठाक हो मैं को खड़ी है कोई नली ये उत्ते ते आ गई थल्ले किधर जाना पहले तू जा इधर गुड्डियां सप्लाई हो रही ने कॉपीराइट जे पै गया फिर इन्हें तो कॉपीराइट पाया जावे गट्टू खुला रखा गुड्डी डान लगे आ पौना जे विच आ पौना आ दो तीन हैप्पी लोहड़ी बोल दो एक करी हैप्पी लोहड़ी सारे कह दो हैप्पी लोहड़ी हैप्पी लोहड़ी मैं भी आ गया दोबारा बोलो हैप्पी लोहड़ी वंस मोर दूजा शॉट ऊपर जाके चलो मैं भी आना फिर है आ गया तो ही थल्ले देखो आओ चलिए अद्धे उधर लगे अद्धे उधर लगे ओए ला दो ਸਾਨੂੰ ਲੋੜੀ ਦਾ ਗਿਫਟ ਵੀ ਮਿਲ ਗਿਆ ਗਾਇਜ਼ ਫਰੋਮ ਮਾਮਾ ਜੀ ਬਹੁਤ ਸੋਹਣਾ ਥੈਂਕ ਯੂ ਹਾਲੀ ਵੇ ਲਾ ਕੇ ਜਾ ਰੱਖਿਆ ਮੇ ਪਰਫਿਊਮ ਐਂਡੀਓ ਹਾਂਜੀ ਹਾਂ ਮੇਰੇ ਤੇ ਦੂਰੇ ਬਾਹਰ ਚਲੋ
कट लो ना चाली मत्था ते टेकी जांदे अग ना बजा दियो मत्था टेक लेंदे हो ना पहला सो गाइज आपां सेलिब्रेशन करके फाइनली आ गए घर ते आपां मामा जी वालों सीधा घर ही आ गए सी गाइज टाइम होया रात दे 11 बजन वाले आ हां जी 11 बजे टाइम लग गया बस 11 बजन से ते बड़ा ज्यादा एंजॉयएबल रहा एंड व्लॉग भी पूरा रैंडम बनया क्योंकि हाँ सी एंजॉय करन च भी बहुत ज्यादा बिजी सी हां जी ज्यादातर व्लॉग शूट कीता ही नहीं पता ही नहीं किदे हाथ कैमरा सी ते शूट होई गया व्लॉग गाइस ते डीजे लगा होया सी गाइस सो ओथे गल नहीं सी हो पांदी ज्यादा एंड कॉपीराइट दा भी तुहानू पता ज्यादा हुंदा सो इस करके असी ज्यादा शॉर्ट्स नहीं ले पाए ओथे बाकी गाइस तुसी मेरी पग तो देख ही सकदे हो अज किन्ना थक गए ते बस हुण अज रेस्ट करनी है क्योंकि मैं भी सवेर दा तुहानू पता ही है 6-7 बजे दा उठया आ किन्ने दिन बाद अपने आप 6 बजे अख खुल गई अर्श मेनू अगे कहती कहती ऐसा रोज लोहड़ी होनी चाहिए टाइम सर उठ के टाइम सर अपने आप वाइब आ गई उठना ਤੇ ਗਾਈਜ਼ ਜਿਨ੍ਹਾਂ ਜਿਨ੍ਹਾਂ ਨੂੰ ਮੇਰੀ ਅੱਜ ਵਾਲੀ ਆਊਟਫਿਟ ਵਧੀਆ ਲੱਗੀ ਕਿਉਂਕਿ ਮੈਨੂੰ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਕਮੈਂਟਸ ਆਏ ਕਿ ਤੁਹਾਡੀ ਆਊਟਫਿਟ ਬਹੁਤ ਸੋਹਣੀ ਆ ਤੇ ਇਹ ਆਊਟਫਿਟ ਮੈਂ ਉੱਥੋਂ ਹੀ ਬਾਏ ਕੀਤੀ ਸੀ ਜਿੱਥੋਂ ਮੈਂ ਲਾਸਟ ਲੋਰੀ ਕਲੈਕਸ਼ਨ ਦਾ ਵਲੌਗ ਬਣਾਇਆ ਸੀ ਜੇ ਤੁਸੀਂ ਬਾਏ ਕਰਨੀ ਹੋਈ ਤਾਂ ਤੁਸੀਂ ਔਨਲਾਈਨ ਵੀ ਬਾਏ ਕਰ ਸਕਦੇ ਹੋ ਐਡਰੈਸ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਅਤੇ ਜਿਊਲਰੀ ਮੇਰੀ ਸਿਲੈਬਨ ਸਟਾਈਲਿਸ਼ ਵੱਲੋਂ ਉਹਨਾਂ ਦਾ ਵੀ ਤੁਹਾਨੂੰ ਮੈਂ ਦੱਸਿਆ ਹੋਇਆ ਪਹਿਲਾਂ ਸੋ ਜੇ ਤੁਸੀਂ ਬਾਏ ਕਰਨਾ ਹੋਏ ਕਰ ਸਕਦੇ ਹੋ ਅਤੇ ਬਾਕੀ ਗਾਈਜ਼ ਹੁਣ ਅਸੀਂ ਤੁਹਾਨੂੰ ਕੱਲ੍ਹ ਦੇ ਵਲੌਗ 'ਚ ਮਿਲਾਂਗੇ ਕਿਉਂਕਿ ਕੱਲ੍ਹ ਹੈਗੀ ਆ ਮਾਘੀ ਕੱਲ੍ਹ ਵੀ ਆਪਾਂ ਉੱਦਾਂ ਹੀ ਇੰਜੋਏ ਕਰਾਂਗੇ ਹਾਂਜੀ ਕੱਲ੍ਹ ਵੀ ਗਾਈਜ਼ ਕਿਉਂਕਿ ਕੱਲ੍ਹ ਮਾਮਾ ਜੀ ਇੱਥੇ ਉੱਦਾਂ ਹੀ ਗੁੱਡੀ ਹੁੰਦੀ ਹਾਂਜੀ ਅੱਜ ਆਪਾਂ ਮਾਮਾ ਜੀ ਵੱਲ ਗਏ ਸੀ ਤੇ ਕੱਲ੍ਹ ਮਾਮਾ ਜੀ ਸਾਡੇ ਵੱਲ ਆ ਰਹੇ ਆ ਤੇ ਕੱਲ੍ਹ ਵੀ ਆਪਾਂ ਇੰਜੋਏ ਕਰਾਂਗੇ ਹੋਪਫੁਲੀ ਤੇ ਮੌਸਮ ਬਸ ਬਾਬਾ ਜੀ ਕਿਰਪਾ ਕਰਨ ਤੇ ਹਾਂਜੀ ਅੱਜ ਤੇ ਗਾਈਜ਼ ਬਸ ਕਹਿ ਲਓ ਕਿ ਆਪਾਂ ਲੋਹੜੀ ਕਰਕੇ ਗੁੱਡੀ ਡਾਈ ਗਏ ਬਟ ਉਸ ਲੈਵਲ ਦੀ ਹਵਾ ਨਹੀਂ ਸੀ ਤੇ ਉਸ ਲੈਵਲ ਦਾ ਮੌਸਮ ਬਟ ਇਹ ਆ ਕਿ ਇੰਜੋਏ ਕੀਤਾ ਕਾਫੀ ਜ਼ਿਆਦਾ ਸੀ ਹਾਂਜੀ ਉਧਰ ਗੁੱਡੀ ਗੱਡੀ ਉੜਦੀ ਵੀ ਸੀ ਨਾ ਤੇ ਥੋੜੀ ਬਹੁਤੀ ਹਵਾ ਚੱਲ ਪੈਂਦੀ ਸੀ ਤੇ ਬਾਕੀ ਚਲੋ ਗਾਈਜ਼ ਇਹ ਸੀ ਅੱਜ ਦੀ ਵੀਡੀਓ ਹੋਪ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਵਧੀਆ ਲੱਗੀ ਲਾਈਕ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅਗੇਨ ਵਿਸ਼ ਯੂ ਆਲ ਅ ਵੈਰੀ ਵੈਰੀ ਹੈਪੀ ਲੋਹੜੀ ਲਵ ਯੂ ਬਾਏ ਬਾਏ ਓਕੇ ਗਾਈਜ਼ ਬਾਏ ਬਾਏ ਮਿਲਦੇ ਹਾਂ ਕੱਲ ਦੀ ਵੀਡੀਓ ਚ ਬਾਏ